ਮੋਹਾਲੀ ਜ਼ਿਲ੍ਹੇ ਦੇ ਪਿੰਡ ਤਿਉੜ ਦੇ ਵਿੱਚ 2 ਦਿਨ ਪਹਿਲਾਂ ਹੀ ਇੱਕ ਮਰਡਰ ਹੋਇਆ ਸੀ, ਜਿੱਥੇ ਕਿ ਕੁਝ ਨੌਜਵਾਨਾਂ ਨੇ ਤਿਉੜ ਦੇ ਰਹਿਣ ਵਾਲੇ ਮਨੀਸ਼ ਬੌਂਸਰ ਦੇ ਉੱਤੇ ਸਿੱਧੀਆਂ ਗੋਲੀ ਚਲਾ ਦਿੱਤੀਆਂ, ਜਿੱਥੇ ਕਿ ਮੌਕੇ 'ਤੇ ਹੀ ਮਨੀਸ਼ ਬੌਂਸਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਲੱਗੀ ਹੋਈ ਸੀ, ਜਿਨ੍ਹਾਂ ਨੇ ਗੋਲੀ ਚਲਾਈ ਸੀ, ਤਾਂ ਇਸ ਨੂੰ ਲੈ ਕੇ ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਵੀ ਲਈ ਸੀ। ਇਸ ਨੂੰ ਲੈ ਕੇ ਤਸਵੀਰਾਂ ਦਿਖਾ ਦਿੰਦੇ ਕਿ ਅੱਜ ਮੈਡੀ ਸਿਟੀ ਮੁੱਲਾਂਪੁਰ ਦੇ ਨਜ਼ਦੀਕ ਉਹ 2 ਜਿਹੜੇ ਉਹੀ ਨੌਜਵਾਨ ਦੱਸਿਆ ਜਾ ਰਿਹਾ ਕਿ ਉਸੇ ਵਾਰਦਾਤ ਨਾਲ ਸੰਬੰਧਿਤ ਗੁਰਗਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ਮੌਕੇ 'ਤੇ ਗੋਲੀਬਾਰੀ ਹੋਈ ਹੈ, ਪੁਲਿਸ ਦੇ ਉੱਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਅਤੇ 6 ਰਾਊਂਡ ਜਿਹੜੇ ਹੋਏ ਨੇ, ਤਾਂ ਇਸ ਨੂੰ ਲੈ ਕੇ 2 ਪਿਸਟਲ ਉਹਨਾਂ ਕੋਲੋਂ ਬਰਾਮਦ ਹੋਏ ਨੇ। ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਉਸੇ ਜਗ੍ਹਾ ਦੇ ਉੱਤੇ ਪੁਲਿਸ ਲਗਾਤਾਰ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਪਹੁੰਚ ਰਹੀ ਹੈ, ਟੈਕਨੀਕਲ ਟੀਮਾਂ ਪਹੁੰਚ ਰਹੀਆਂ ਨੇ। ਇਸ ਨੂੰ ਲੈ ਕੇ ਮੌਕੇ 'ਤੇ SP ਨਾਲ CA ਸਟਾਫ ਦੇ ਜਿਹੜੇ ਪਹੁੰਚ ਚੁੱਕੇ ਨੇ ਸੀਨੀਅਰ ਅਫਸਰ, ਤਾਂ ਇਸ ਨੂੰ ਲੈ ਕੇ ਮੌਕੇ 'ਤੇ ਪਿਸਟਲ ਤੁਸੀਂ ਦੇਖ ਸਕਦੇ ਕਿ ਉਹੀ ਪਿਸਟਲ ਦੇ ਤਸਵੀਰਾਂ ਦਿਖਾ ਰਹੇ ਹਾਂ, ਜਿਸ ਪਿਸਟਲ ਦੇ ਨਾਲ ਦੱਸਿਆ ਜਾ ਰਿਹਾ ਕਿ ਕਤਲ ਹੋਇਆ ਸੀ, ਜਿਸ ਜਗ੍ਹਾ ਗੋਲੀਆਂ ਚਲਾਈਆਂ ਗਈਆਂ ਸੀ। ਇਸ ਨੂੰ ਲੈ ਕੇ ਮੌਕੇ 'ਤੇ ਜਿਹੜੇ ਸੀਨੀਅਰ ਅਫਸਰ ਪਹੁੰਚੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਜਿਹੜੀ ਵਾਰਦਾਤ ਹੋਈ ਹੈ। ਇੱਕ ਤਿਉੜ ਪਿੰਡ ਦੱਸਿਆ ਜਾ ਰਿਹਾ ਕਿ ਨੌਜਵਾਨ ਸ਼ਾਮਲ ਸੀ ਇਸ ਵਾਰਦਾਤ ਦੇ ਵਿੱਚ, ਅਤੇ ਨਾਲ ਜਿਹੜੇ ਖਰੜ ਦੱਸਿਆ ਜਾ ਰਿਹਾ, ਜਿਸ ਨੇ ਪੂਰੀ ਰੈਕੀ ਕੀਤੀ ਹੈ। ਉਸ ਤੋਂ ਬਾਅਦ ਜਾ ਕੇ ਹੀ ਉਸ ਮਨੀਸ਼ ਬੌਂਸਰ ਨੂੰ ਜਿਹੜਾ ਮਾਰਿਆ ਗਿਆ। ਇਸ ਨੂੰ ਲੈ ਕੇ ਤਸਵੀਰਾਂ ਦਿਖਾ ਦਿੰਦੇ ਹਾਂ। ਇਹ ਮੁੱਲਾਪੁਰ ਦੇ ਨਜ਼ਦੀਕ ਨਿਊ ਚੰਡੀਗੜ੍ਹ ਦੀਆਂ ਏਰੀਏ ਦੀਆਂ ਤਸਵੀਰਾਂ ਨੇ, ਜਿੱਥੇ ਕਿ ਪੁਲਿਸ ਨੇ ਉਹਨਾਂ ਗੈਂਗਸਟਰਾਂ ਦੇ ਗੁਰਗਿਆਂ ਨੂੰ ਗ੍ਰਿਫਤਾਰ ਕਰਿਆ। ਤਾਂ ਦੱਸਿਆ ਜਾ ਰਿਹਾ ਕਿ 3 ਗੋਲੀਆਂ ਉਹਨਾਂ ਦੇ ਲੱਗੀਆਂ ਨੇ, ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਹੈ। ਤਾਂ ਇਸ ਨੂੰ ਲੈ ਕੇ ਸੀਨੀਅਰ ਅਫਸਰ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ। ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ। ਤਾਂ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਹੋਰ ਅੱਗੇ ਕੀ ਨਿਕਲਦਾ ਹੈ, ਕੌਣ ਕੌਣ ਇਸ ਦੇ ਵਿੱਚ ਵਾਰਦਾਤ ਸ਼ਾਮਲ ਸੀ, ਤਾਂ ਉਹ ਵੀ ਜਿਹੜੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਤਾਂ ਪੁਲਿਸ ਦੀਆਂ ਟੀਮਾਂ ਲਗਾਤਾਰ ਪਹੁੰਚ ਰਹੀਆਂ ਨੇ, ਤਾਂ ਦੇਖਦੇ ਕਿ ਹੁਣ ਇਸ ਦੇ ਵਿੱਚ ਕੀ ਵੱਡੇ ਖੁਲਾਸੇ ਹੁੰਦੇ ਨੇ, ਕਿਉਂਕਿ ਜਿਸ ਤਰੀਕੇ ਨਾਲ ਦਿਨ ਦਿਹਾੜੇ ਜਿਹੜਾ ਗੋਲੀਆਂ ਮਾਰ ਕੇ ਕਤਲ ਹੋਇਆ, ਉਹਦੇ ਨਾਲ ਕਿਤੇ ਨਾ ਕਿਤੇ ਇਲਾਕਾ ਪੂਰਾ ਦਹਿਲਿਆ ਹੋਇਆ ਸੀ, ਪਰ ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਤਾਂ ਇਸ ਨੂੰ ਲੈ ਕੇ 2 ਦਿਨ ਪਹਿਲਾਂ ਪਰਸੋਂ ਦੀ ਵਾਰਦਾਤ ਹੈਗੀ ਹੈ ਇੱਕ ਚੰਦੋ ਪਿੰਡ ਦੀ, ਉਹਦੇ ਵਿੱਚ ਇੱਕ ਮਣੀ ਨਾਮ ਦਾ ਜਿਹੜਾ ਲੜਕਾ ਬਾਊਂਸਰ ਸੀਗਾ, ਉਹਦਾ ਕਤਲ ਹੋਇਆ ਸੀ ਡੇ ਟਾਈਮ 'ਤੇ 12 ਵਜੇ ਦੇ ਕਰੀਬ। ਉਸ ਤੋਂ ਬਾਅਦ ਜਿਹੜੀ ਸਾਡੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਸੀ, ਔਰ ਸਪੈਸ਼ਲ ਟੀਮ ਨੂੰ ਇਹ ਟਾਸਕ ਦਿੱਤਾ ਗਿਆ ਸੀ, ਸਪੈਸ਼ਲ ਸੈੱਲ 7 ਫੇਜ਼ ਮਾਲੀ ਨੂੰ, ਔਰ ਅਸੀਂ ਪਰਸੋਂ ਦੀ ਇਹਦੇ 'ਤੇ ਵਰਕ ਕਰ ਰਹੇ ਸੀਗੇ। ਕੁਛ ਜਿਹੜੇ ਸ਼ੱਕੀ ਬੰਦੇ ਸਾਡੇ ਸਰਵਲੈਂਸ 'ਤੇ ਸੀਗੇ, ਜਿਹੜੇ ਕਿ ਸਾਡੇ ਫਿਕਰ ਕੀਤੇ ਸੀਗੇ ਬੰਬੀਹਾ ਗੈਂਗ ਨਾਲ ਜਿਹੜੇ ਤਾਲਮੇਲ 'ਚ ਹੈਗੇ ਨੇ, ਉਹਨਾਂ ਦੇ ਉੱਤੇ ਐਕਟ ਕਰਦੇ ਹੋਇਆਂ ਅਸੀਂ 2 ਬੰਦੇ ਜਿਹੜੇ ਜ਼ੀਰੋ ਇਨ ਕਰ ਲਏ ਸੀਗੇ, ਔਰ ਹੋਰ ਹਿਊਮਨ ਜਿਹੜਾ ਸੋਰਸ ਅਸੀਂ ਕੈਮ ਕਰਕੇ ਇਸ ਗੱਲ ਤੱਕ ਸ਼ੋਰ ਹੋ ਗਏ ਸੀ ਕਿ ਇਹ ਬੰਦੇ ਵਾਰਦਾਤ ਵਿੱਚ ਹੈਗੇ ਨੇ। ਅੱਜ ਦੋਨੋਂ ਮੋਹਾਲੀ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਔਰ ਅੱਜ ਸਾਨੂੰ ਇੱਕ ਟਿਪ ਆਫ ਮਿਲੀ ਸੀ ਕਿ ਇਹ ਬੰਦੇ ਜਿਹੜੇ ਨੇ ਮੈਡੀ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਸਪੋਟ ਹੋ ਸਕਦੇ ਆ। ਸਵਿਫਟਲੀ ਐਕਟ ਕਰਦੇ ਹੋਏ ਅਸੀਂ ਇਮੀਡੀਏਟਲੀ ਇੱਥੇ ਪਹੁੰਚੇ ਹਾਂ, ਔਰ ਸਾਨੂੰ ਇੱਥੇ ਇਹ ਉਜਾੜ ਏਰੀਆ ਜਿੱਦਾਂ ਤੁਸੀਂ ਵੇਖ ਸਕਦੇ ਹੋ ਆਸ ਪਾਸ ਕਿ ਬਿਲਕੁਲ ਉਜਾੜ ਏਰੀਆ, ਇੱਥੇ ਮੋਟਰਸਾਈਕਲ ਲਾ ਕੇ ਥੱਲੇ ਬੈਠੇ ਹੋਏ ਸੀ ਬੰਦੇ, ਔਰ ਜਦੋਂ ਇਹਨੂੰ ਰਾਊਂਡ ਅਪ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਔਰ ਪੁਲਿਸ 'ਤੇ ਫਾਇਰਿੰਗ ਕੀਤੀ ਹੈ। ਜਵਾਬੀ ਕਾਰਵਾਈ ਦੇ ਵਿੱਚ ਦੋਨਾਂ ਦੇ 3-3 ਗੋਲੀਆਂ ਵੱਜੀਆਂ, ਇੱਕ ਦੇ ਐਬਡੋਮਨ ਦੇ ਵੀ ਇੰਜਰੀ ਆ ਅਤੇ ਬਾਕੀ ਇੱਕ ਦੇ ਲੱਤ ਦੇ ਆ, ਅਤੇ ਦੋਵੇਂ ਇਲਾਜ ਦੇ ਅਧੀਨ ਜਿਹੜੇ ਆ 6 ਫੇਜ਼ ਮੋਹਾਲੀ ਜਿਹੜੇ ਆ ਇਮੀਡੀਏਟਲੀ ਭੇਜ ਦਿੱਤੇ ਗਏ ਸੀਗੇ। ਬਾਕੀ ਸਾਰੀ ਜਿਹੜੀ ਤੁਹਾਡੇ ਨਾਲ ਜਿਹੜੀ ਆ ਟੈਕਨੀਕਲ ਚੀਜ਼ਾਂ ਡਿਟੇਲ ਜਿਹੜੀਆਂ ਨੇ ਉਹ ਆਲਾ ਅਧਿਕਾਰੀ ਆ ਰਹੇ, ਤੁਹਾਨੂੰ ਮੀਡੀਆ ਨੂੰ ਬਰੀਫ ਕਰ ਥੋੜ੍ਹੀ ਦੇਰ 'ਚ। ਸਰ ਕਿੰਨੀ ਕੇਸ ਸੀ ਇਹਨਾਂ ਜਿਹੜੇ ਨੌਜਵਾਨਾਂ ਦੀ ਹੈ, ਕੀ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਇਹਨਾਂ ਦੇ ਉੱਤੇ ਦਰਜ? ਬਿਲਕੁਲ ਅਪਰਾਧਿਕ ਮਾਮਲੇ ਦਰਜ ਹੈ ਇਹਨਾਂ 'ਤੇ, ਤਾਂ ਹੀ ਸਾਡੇ ਸਰਵਲੈਂਸ 'ਤੇ ਸੀਗੇ, ਔਰ ਮਿਡ 20s 'ਤੇ ਜਿਹੜੇ ਹੈਗੇ ਇਹਨਾਂ ਦੀ ਏਜ। ਕੰਡੀਸ਼ਨ ਕਿਵੇਂ ਹੈ ਸਰ ਹੁਣ ਇਹਨਾਂ ਦੀ? ਅਤੇ ਸਾਡੀ ਇੱਕ ਟੀਮ ਉੱਥੇ ਪ੍ਰੀਮਰੀ ਪੁੱਛਗਿੱਛ ਕਰਨ, ਔਰ ਜਿਹੜੀ ਮੈਡੀਕਲ ਜਿਹਨਾਂ ਨੂੰ ਦੇਣ ਲਈ ਉੱਥੇ ਪਹੁੰਚੀ ਹੋਈ ਹੈ, ਔਰ ਥੋੜ੍ਹੀ ਦੇਰ ਤੱਕ ਉਹ ਵੀ ਅਸੀਂ ਤੁਹਾਨੂੰ ਜਿਹੜੀ ਡਿਟੇਲ ਹੈ ਉਹ ਸ਼ੇਅਰ ਕਰਾਂਗੇ। ਇਸ ਏਰੀਏ ਦੇ ਵਿੱਚ ਘੁੰਮ ਰਹੇ ਸੀ ਕਿ ਕਿਸੇ ਹੋਰ ਦੇ ਕਿਸੇ ਘਰ ਜਾਂ ਕਿਤੇ ਰਹਿ ਰਹੇ? ਬਹੁਤ ਪ੍ਰੀਲਿਮਰੀ ਹੈ ਜੇ, ਮਤਲਬ ਹਜੇ ਤੁਸੀਂ ਪਹੁੰਚੇ ਜੇ ਤਾਂ 10 ਮਿੰਟ ਹੀ ਹੋਏ ਗੱਲ ਨੂੰ। ਸਰ ਕਿੱਥੇ ਰੈਫਰ ਕੀਤੇ ਗਏ? ਇਹ 6 ਫੇਸ